सचखंड श्री दरबार साहिब विच देश विदेश तो संगत आ के नतमस्तक होंदी है अते अपनी श्रद्धा का प्रगटावा करती है। उत्थे ही पिछले कुछ समय तो श्री दरबार साहिब के नज़दीक रहे होटलों के विच चल रहे दे व्यापार नूं लै के खबरां सामने आईयां हन। अते इस तों इलावा सिख जथेबंदियां वल्लों मंग कीती जा रही है शराब के ठेके अते तंबाकू दीआं दुकानां बंद होणियां चाहीदियां हन, जिसके चलते अज सिख जथेबंदियों वालों श्री दरबार साहिब श्री अकाल तख्त साहिब अरदास करके श्री अकाल तख्त साहिब के जथेदार के नाम और श्रोमणी कमेटी के प्रधान के नाम एक मंग पत्र दिता गया है। अमृतसर तो गुरप्रीत सिंह की रिपोर्ट, लाइव भारत। सारी संगत नूं वाहिगुरू जी का खालसा। साडी ये श्रोमणी कमेटी नूं ते अकाल तख्त साहिब के जथेदार ते डीसी साहब नूं ये असी बेनती करन वास्ते आए हैं कि जो सचखंड श्री हरिमंदर साहब सिखां दी आण बाण ते शान है, जिस वास जिवें मुसलमान वास्ते मक्के तो परे उजाड़िया, इवें सिख वास्ते भी हरिमंदर साहब तो परे उजाड़ी उजाड़िया। ते आप सारी संगत ते समुची दुनिया इस गल नूं जाणदी भी हरिमंदर साहब की पवित्रता नूं कायम रखण वास्ते समय समय ते सिखां नूं जे लोड़ पई ते अपने खू लहू दे जो वहाण सन वह भी वहा दित्ते। जे इत्थे ए मस्से रंगण ने आ के बेअदबी कीती ते ओ बेअदबी भाई सुखा सिंह ते महताब सिंह जर ना सके, मस्से रंगण दा सिर अंदरों ही ला करके लै गए सन। ते इसे तरह जे इंदिरा गांधी ने बेअदबी कीती उन्हूं भी कीती दा सिंघां ने फल भुगताया। कहण तो भाव ये आ कि हरिमंदर साहिब की जिहड़ी पवित्रता है उन्हूं हर हीले नाल गुरु का सिख जिहड़ा है वह रखना चाहुंदा है। ते आप जी जाणदे हो कि इत्थे भली भांति सारिआं नूं पता है कि सब थावां ते नगन जोड़े जो हैं वह फड़े जाते हैं, होटलों के बहुत ज़्यादा जो दे व्यापार का धंधा है वह हो रहा है, तो सचखंड श्री हरिमंदर साहिब दीआं परिक्रमा दे विचों तंबाकू मिलता है। कदे सानू सुन नूं मिलता है कि किसी ने अमृत सरोवर विच तंबाकू की पुड़ी सुट दी, कदे कोई जंगला टप करके अगे नशेड़ी चला गया। असी चाहुंदे आ कि यह जो नशे दीआं इर्द गिर्द दुकानां हन जिन्नियां भी किसी भी तरह का नशा है, वेखो ਸਾਡੇ ਗੁਰੂ ਹਨ ਸਿੱਖਾਂ ਦੇ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਰਸਨਾ ਤੋਂ ਬਚਨ ਕਹੇ ਨੇ ਕਿ ਸੁਣ ਗੁਰਸਿੱਖ ਕੀ ਰਹਿਤ ਕੋ ਤਜੈ ਤੰਬਾਕੂ ਸੰਗ, ਮਰਨੀ ਮਰੈ ਤੋ ਅਤ ਭਲਾ ਜਗਤ ਜੂਠਣੇ ਅੰਗ। ਸਾਡਾ ਸਿੱਖ ਮਰਨੋ ਤਾਂ ਮਰ ਜਾਵੇ, ਕਦੇ ਮਹਾਰਾਜ ਕਹਿੰਦੇ ਤੰਬਾਕੂ ਨੂੰ ਹੱਥ ਤੱਕ ਨਾ ਲੱਗਣ ਦੇਵੇ, ਅਤੇ ਉਹ ਤੰਬਾਕੂ ਉਸੇ ਸਤਿਗੁਰਾਂ ਦੇ ਘਰ ਵਿੱਚ ਆਵੇ ਅਤੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਉਹ ਮਿਲੇ, ਇੱਥੋਂ ਤੱਕ ਕਿ ਪੁਲ ਦੇ ਉੱਪਰੋਂ ਵੀ ਉਹ ਤੰਬਾਕੂ ਦੀਆਂ ਪੁੜੀਆਂ ਤੱਕ ਮਿਲੀਆਂ ਹਨ। ਅਤੇ ਆਪ ਜੀ ਦੱਸੋ ਇਹ ਕੋਈ ਵੀ ਕਿਸੇ ਵੀ ਧਰਮ ਦਾ ਜੋ ਅਸਥਾਨ ਹੈ, ਅਸੀਂ ਨਹੀਂ ਚਾਹੁੰਦੇ ਕਿ ਕਿਤੇ ਵੀ ਬੇਅਦਬੀ ਹੋਵੇ, ਲੇਕਿਨ ਕਿਤੇ ਵੀ ਆਪ ਜੀ ਦੇਖੋ ਕਿ ਇਹ ਤੰਬਾਕੂ ਦੀ ਪੁੜੀ ਕਿਸੇ ਵੀ ਧਾਰਮਿਕ ਅਸਥਾਨ ਦੇ ਉੱਪਰ ਨਹੀਂ ਜਾ ਸਕਦੀ, ਕਿਤੇ ਵੀ ਕੋਈ ਨਸ਼ਾ ਨਹੀਂ ਜਾ ਸਕਦਾ। ਅਸੀਂ ਚਾਹੁੰਦੇ ਹਾਂ ਹਾਂਜੀ 6 ਮਹੀਨੇ ਦੀ ਸਿੱਧੀ ਸਜ਼ਾ ਹੈ। ਅਸੀਂ ਚਾਹੁੰਦੇ ਕਿ ਜਿਵੇਂ ਬਾਕੀ ਜਿਹੜੇ ਹਿੰਦੂਆਂ ਦੇ ਅਸਥਾਨ ਹਨ ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੈ, ਬਾਕੀ ਧਰਮਾਂ ਦੇ ਵੀ ਜਿਹੜੇ ਹਨ ਅਸਥਾਨ ਉਹਨਾਂ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ। ਉਹਨਾਂ ਨੇ ਸਹਿਯੋਗ ਦਿੱਤਾ, ਉਹ ਕਹਿੰਦੇ ਅਸੀਂ ਸਹਿਯੋਗ ਦੇਵਾਂਗੇ। ਇਹ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਕੀਤੀ, ਉਹਨਾਂ ਨੂੰ ਮੰਗ ਪੱਤਰ ਦਿੱਤਾ। ਇਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਜਾਵਾਂਗੇ, ਉੱਥੇ ਉੱਥੇ ਮੰਗ ਪੱਤਰ ਹਾਂ ਡੀਸੀ ਸਾਹਿਬ ਨੂੰ। ਹਾਂਜੀ ਬਾਕੀ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਬੰਦੀਆਂ ਵੱਲੋਂ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਲਾਗੇ ਲਾਗੇ ਜਿਹੜੇ ਬਣੇ ਨੇ ਹੋਟਲ ਬਣੇ ਨੇ ਜਾਂ ਕੋਈ ਹੋਰ ਸਰਾਵਾਂ ਨੇ ਪ੍ਰਾਈਵੇਟ ਆ, ਉਹਨਾਂ ਵਿੱਚ ਕੋਈ ਗਲਤ ਜਿਹੜੇ ਅਨਸਰ ਉਹ ਕੰਮ ਗਲਤ ਕੰਮ ਕਰਦੇ ਨੇ ਉਹਨਾਂ ਦੀ ਸ਼ਿਕਾਇਤ ਲਿਖ ਕੇ ਆਏ ਨੇ, ਜਾਂ ਜਿਹੜੀਆਂ ਸ਼ਹਿਰ 'ਚ ਗਲਿਆਰੇ ਦੇ ਕੋਈ ਅੰਦਰ ਕੋਈ ਇਹਨਾਂ ਦੀਆਂ ਕੋਈ ਨੋਟਚਾਹੀਆਂ ਕੋਈ ਦੁਕਾਨਾਂ ਨੇ ਤੰਬਾਕੂ ਦੀਆਂ, ਜਿਹੜੀ ਵੀ ਕੋਈ ਇਹੋ ਜਿਹੀ ਤੰਬਾਕੂ ਦੁਕਾਨ ਹੈ ਉਹ ਵੀ ਚੁਕਾਈ ਜਾਏਗੀ। ਅਤੇ ਪ੍ਰਸ਼ਾਸਨ ਨੂੰ ਮੈਂ ਅੱਗੇ ਵੀ ਚਿੱਠੀ ਭੇਜੀ ਸੀ ਕਿ ਜਿਹੜੇ ਇਹ ਗਲਤ ਅਨਸਰ ਹੋਟਲਾਂ 'ਚ ਗਲਤ ਕੰਮ ਕਰਦੇ ਨੇ, ਕਿਉਂਕਿ ਜਿਹੜੀ ਸੰਗਤ ਦਰਸ਼ਨ ਕਰਨ ਉਹਦੀ ਉਹ 'ਤੇ ਮਾੜਾ ਪ੍ਰਭਾਵ ਪੈਂਦਾ। ਪ੍ਰਸ਼ਾਸਨ ਨੂੰ ਅੱਗੇ ਵੀ ਲਿਖਿਆ ਸੀਗਾ ਅਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਜੇ ਪ੍ਰਸ਼ਾਸਨ ਆਪਣਾ ਫਰਜ਼ ਸਾਂਭ ਕੇ ਕਾਰਵਾਈ ਕਰੂ ਕਰਦਾ ਹੈ ਤਾਂ ਠੀਕ ਆ, ਨਹੀਂ ਤਾਂ ਫਿਰ ਸਾਨੂੰ ਮਜਬੂਰ ਇਹਨਾਂ ਹੋਟਲਾਂ 'ਚ ਆ ਵੜਨਾ ਪਊਗਾ, ਤਾਂ ਕਿ ਜਿਹੜਾ ਵੀ ਸੰਗਤ ਦਰਸ਼ਨ ਕੋਈ ਕਰਨ ਆਇਆ ਉਹਦੇ 'ਤੇ ਗਲਤ ਪ੍ਰਭਾਵ ਨਾ ਜਾਵੇ। ਜੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਦਾ ਹੈ ਠੀਕ ਆ, ਅਤੇ ਫਿਰ ਜੇ ਨਾ ਕੀਤਾ ਤਾਂ ਫਿਰ ਇਹ ਹੋਟਲ ਵਾਲਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਆਪਣੇ ਹੋਟਲਾਂ 'ਚ ਚੰਗੇ ਜਿਹੜੀ ਕੋਈ ਯਾਤਰੂ ਆਉਂਦਾ ਉਹਨੂੰ ਕਮਰਾ ਦੇਣ, ਜਿਹੜਾ ਗਲਤ ਅਨਸਰ ਆਉਂਦਾ ਉਹਨੂੰ ਫੜ ਕੇ ਬਾਹਰ ਕਰਨ,
पुलिस पुलिस के हवाले कर कि जी बाहरों संगत वर्ल्ड च हरिमंदर साहब का ना आ हरिमंदर साहब का दर्शन करना आता वो इतों कुछ सीख के जाए ना कि कुछ गलत संदेश लैके। धन्यवाद जी। वाहिगुरू जी का खालसा वाहिगुरू जी फतह। अज साडे को जथेदार साहब नाम से मंग पत्र लिखी आई ने जो दरबार साहब अलग अलग होटलों के बारे शिकायतों ने और जोड़े मसले है लिख के दे गए ने तो सिंह साहब जी को ध्यान लिया के निपटारा कराऊंगा।